ਪੀਪਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਸ਼ੋਅ ਦੇ ਵਿੱਚ ਜੋ ਕਿ ਹੈ ਪ੍ਰਮੋਸ਼ਨਲ ਇਵੈਂਟ ਮਿਸਿਸ ਪੰਜਾਬ 2019 ਸੀਜ਼ਨ 5 ਦਾ ਪ੍ਰੈਜ਼ੈਂਟਡ ਬਾਈ 9to9 ਐਂਟਰਟੇਨਮੈਂਟਸ ਵੱਲੋਂ ਤੇ ਤੁਹਾਡੇ ਸਾਰਿਆਂ ਦਾ ਵੈਲਕਮ ਹੈ ਫਟਾਫਟ ਇਕੱਠੇ ਹੋ ਸਕਦੇ ਹੋ ਤੇ ਮਿਸਿਸ ਪੰਜਾਬ ਇੱਕ ਐਸਾ ਇਵੈਂਟ ਹੈ ਇੱਕ ਐਸਾ ਸ਼ੋਅ ਹੈ ਜਿਹਨੇ ਪਿਛਲੇ 4 ਸੀਜ਼ਨਸ ਤੋਂ ਬਹੁਤ ਸਾਰੀ ਹਾਊਸ ਵਾਈਫਸ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਇੱਕ ਪਲੇਟਫਾਰਮ ਦਿੱਤਾ ਜਿਨ੍ਹਾਂ ਨੇ ਜਿਹੜੇ ਸੁਪਨੇ ਇੱਕ 4 ਦੀਵਾਰਾਂ ਦੇ ਅੰਦਰ ਕੈਦ ਹੋਏ ਹੋਏ ਸੀਗੇ ਉਹਨਾਂ ਨੂੰ ਪਲੇਟਫਾਰਮ ਦਿੱਤਾ ਕਿ ਉਹ ਬਾਹਰ ਨਿਕਲ ਕੇ ਸਮਾਜ 'ਚ ਉੱਠ ਕੇ ਹਾਊਸ ਵਾਈਫ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਨੇ ਤੇ ਤੁਸੀਂ ਵੀ ਅੱਜ ਆਪਣੇ ਆਪਣੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ 2019 ਸੀਜ਼ਨ 5 ਦਾ ਰਜਿਸਟ੍ਰੇਸ਼ਨ ਓਪਨ ਹੋ ਚੁੱਕੀ ਹੈ ਤੇ ਲੁਧਿਆਣਾ ਆਡੀਸ਼ਨ ਹੈ 14 July ਰੈਡੀਸਨ ਬਲੂ ਦੇ ਵਿੱਚ ਸਵੇਰੇ 9 ਵਜੇ ਤੋਂ ਆਡੀਸ਼ਨ ਸਟਾਰਟ ਹੋ ਜੂਗੀ ਤੇ ਲਿਮਿਟਿਡ ਸੀਟਸ ਹੈ ਤੁਸੀਂ ਆਪਣੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਆ ਕੇ ਹਾਊਸ ਵਾਈਫ ਲਈ ਬਹੁਤ ਵਧੀਆ ਪਲੇਟਫਾਰਮ ਮੇਰੇ ਅਕੋਰਡਿੰਗ ਆਪਣੀ ਲਾਈਫ ਨੂੰ ਬੈਟਰ ਬਣਾਉਣ ਦਾ ਆਪਣੇ ਆਪਣੇ ਨਾਮ ਨੂੰ ਬਣਾਉਣ ਦਾ ਆਪਣੀ ਫੈਮਿਲੀ ਨੂੰ ਆਪਣੀ ਫੈਮਿਲੀ ਦੇ ਨਾਮ ਨੂੰ ਬਣਾਉਣ ਦਾ ਤੇ ਥੋੜ੍ਹੀ ਜਿਹੀ ਮੈਂ ਚਾਹੂੰਗਾ ਕਿ ਸਾਰਿਆਂ ਨੇ ਸਪੋਰਟ ਕਰਨ ਆਪਾਂ ਇੱਕ ਗੇਮ ਖੇਡਾਂਗੇ ਕੁਸ਼ਚਨ ਆਨਸਰ ਦੀ ਗੇਮ ਖੇਡਾਂਗੇ ਆ ਜਾਓ ਮੈਮ ਤੇ ਆਪਾਂ ਥਰੋ ਕਰ ਦਿੰਦੇ ਹਾਂ ਜਦੋਂ ਤੱਕ ਉਹ ਯੂਜ਼ ਨਹੀਂ ਹੁੰਦੀ ਆਪਾਂ ਸੰਭਾਲ ਕੇ ਰੱਖਦੇ ਹਾਂ ਨੀਤੂ ਜੀ ਦਾ ਨੇਮ ਨੋਟ ਕੀਤਾ ਜਾਵੇ ਤਾਂ ਇਹਨਾਂ ਨੂੰ ਮਿਲੂਗਾ ਇੱਕ ਬਹੁਤ ਵਧੀਆ ਅਪਲੌਜ਼ ਹੋ ਗਏ ਨੀਤੂ ਜੀ ਵਧੀਆ ਜੀ ਅਪਲੌਜ਼ ਹੋ ਗਏ ਯਾਰ ਤੁਹਾਡੇ ਸਾਰਿਆਂ ਦੇ ਪਿੰਡ ਹੈ ਆਪਣੀ ਫੈਮਿਲੀ ਦਾ ਅਪਲੌਜ਼ ਕਰ ਦਿਓ ਨੀਤੂ ਮੈਮ ਦਾ ਨਾਮ ਰਜਿਸਟਰ ਕੀਤਾ ਜਾਵੇ ਤੁਸੀਂ ਆਪਣੇ ਜਿਹੜਾ ਮਿਸਿਸ ਪੰਜਾਬ 2019 ਦਾ ਕੰਪੀਟੀਸ਼ਨ ਸਟਾਰਟ ਹੋਣ ਵਾਲਾ ਤੁਸੀਂ ਆਪਣੇ ਰਿਲੇਟਿਵਸ ਦੇ ਵਿੱਚ ਜਿੰਨੀ ਵੀ ਹਾਊਸ ਵਾਈਫਸ ਨੇ ਸਾਰਿਆਂ ਨੂੰ ਦੱਸਣਾ ਰਜਿਸਟ੍ਰੇਸ਼ਨ ਓਪਨ ਹੋ ਚੁੱਕੀ ਹੈ ਬਹੁਤ ਵਧੀਆ ਪਲੇਟਫਾਰਮ ਹੈ ਪਿਛਲੇ 4 ਸੀਜ਼ਨਸ ਤੋਂ ਬਹੁਤ ਸਾਰੀ ਹਾਊਸ ਵਾਈਫਸ ਨੇ ਆਪਣੇ ਡ੍ਰੀਮਸ ਪੂਰੇ ਕੀਤੇ ਆ ਤੇ ਇਸ ਵਰਲਡ ਦੇ ਵਿੱਚ ਆ ਕੇ ਅੱਛਾ ਚਲੋ ਨੈਕਸਟ ਕੁਐਸਚਨ ਪੁੱਛਦੇ ਹਾਂ ਆਪਣੇ ਵਿੱਚੋਂ ਮੈਰਿਜ ਸਟਾਰਟ ਹੋਣ ਤੋਂ ਮਤਲਬ ਜਦੋਂ ਮੈਰਿਜ ਸਟਾਰਟ ਹੋਣੀ ਹੁੰਦੀ ਹੈ ਸਭ ਤੋਂ ਫਸਟ ਰਸਮ ਕਿਹੜੀ ਹੁੰਦੀ ਹੈ ਸਭ ਤੋਂ ਫਸਟ ਰਸਮ ਕਿਹੜੀ ਨੋ ਸਭ ਤੋਂ ਫਸਟ ਰਿਚੁਅਲ ਕਿਹੜਾ ਹੁੰਦਾ ਹਾਂਜੀ ਮੈਂ ਮੁੰਡੇ ਦੇ ਘਰ ਚ ਵੀ ਹੁੰਦਾ ਕੁੜੀ ਦੇ ਘਰ ਚ ਵੀ ਫਸਟ ਰਿਚੁਅਲ ਉੱਥੋਂ ਦੀ ਸਾਰੇ ਰਿਚੁਅਲ ਸਟਾਰਟ ਹੁੰਦੇ ਆ ਫਸਟ ਰਿਚੁਅਲ ਸੋਚੋ ਸੋਚ ਸਕਦੇ ਹੋ ਇੱਧਰ ਆ ਜਾਓ ਅੱਗੇ ਆ ਜਾਓ ਸੋਚ ਸਕਦੇ ਹੋ ਆਪਣੇ ਵਿੱਚੋਂ ਕੋਈ ਆਨਸਰ ਦੇਣਾ ਚਾਹੇ ਆਜੋ ਅੱਗੇ ਆ ਜਾਓ ਰਿਚੁਅਲ ਕਿਹੜਾ ਹੁੰਦਾ ਮੈਰਿਜ ਸਟਾਰਟ ਮਤਲਬ ਫੰਕਸ਼ਨ ਸਾਰੇ ਸਟਾਰਟ ਹੋਣ ਤੋਂ ਪਹਿਲਾਂ ਮੁੰਡੇ ਦੇ ਘਰ ਚ ਮਨਾਇਆ ਜਾਂਦਾ ਕੁੜੀ ਦੇ ਘਰ ਚ ਮਨਾਇਆ ਜਾਂਦਾ ਸਭ ਤੋਂ ਫਸਟ ਰਿਚੁਅਲ ਮਤਲਬ ਹੋ ਸਕਦਾ ਹੁਣ ਨਾ ਹੁੰਦਾ ਹੋਵੇ ਪਹਿਲਾਂ ਹੁੰਦਾ ਸੀਗਾ ਨੋ ਹਾਂਜੀ ਮੈਂ ਜੁਆਇਨ ਕਰ ਸਕਦੇ ਹੋ ਸੋਚ ਸਕਦੇ ਹੋ ਕੋਈ ਗੱਲ ਨਹੀਂ ਹੋਰ ਕੋਈ ਯੈਸ ਮੁੰਡੇ ਜਾਂ ਕੁੜੀ ਦੇ ਨਾਨਕੇ ਜਾ ਕੇ ਨਾਨਕੇ ਵਾਲਿਆਂ ਨੂੰ ਗੁੜ ਉਧਰੋਂ ਸ਼ਗਨ ਦਿੱਤਾ ਜਾਂਦਾ ਮੇਬੀ ਤੁਹਾਡੇ ਹੁਣ ਦਾ ਨਹੀਂ ਸ਼ਗਨ ਮੈਂ ਉਹ ਦੂਸਰਾ ਸ਼ਗਨ ਕਿਹਾ ਤੁਸੀਂ ਗੁੜ ਗੁੜ ਕੇ ਨਾ ਨਾਨਕੇ ਘਰ ਜਾ ਕੇ ਚਲੋ ਪਹਿਲਾਂ ਹੁੰਦਾ ਸੀਗਾ ਚਲੋ ਇੱਕ ਹੋਰ ਕੁਐਸਚਨ ਮੇ ਬੀ ਅੱਜ ਦੀ ਜਨਰੇਸ਼ਨ ਨੂੰ ਦੇਖਦੇ ਪਤਾ ਕਿ ਨਹੀਂ ਪਤਾ ਪੁਰਾਣੇ ਜਨਰੇਸ਼ਨ ਨੂੰ ਤਾਂ ਪਤਾ ਹੋਊਗਾ ਕੁਐਸਚਨ ਇਹ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਸਾਲ ਕਿਹਦੇ ਵਿੱਚ ਕਿਹਦੇ ਨਾਲ ਘੋਟਿਆ ਜਾਂਦਾ ਸੀਗਾ ਅੱਜ ਕੱਲ੍ਹ ਤਾਂ ਮਸ਼ੀਨਸ ਆ ਗਈਆਂ ਕੋਈ ਵਧਾ ਨਹੀਂ ਕਹਿ ਰਿਹਾ ਕੋਈ ਘੋਟ ਨਾ ਕਹਿ ਰਿਹਾ ਦੋਨਾਂ 'ਚ ਡਿਫਰੈਂਸ ਨੋ ਮੈਮ ਡਿਫਰੈਂਸ ਹੈ ਦੋਨਾਂ 'ਚ ਡਿਫਰੈਂਸ ਹੈ ਫਿਰ ਵੀ ਡਿਫਰੈਂਸ ਹੈ ਕੁਛ ਦੋਨਾਂ ਦੀ ਸ਼ੇਪ ਦੇ ਵਿੱਚ ਕੁਛ ਡਿਫਰੈਂਸ ਹੈ ਅੱਗੇ ਕੀ ਆ ਸਕਦੇ ਹੋ ਜੁਆਇਨ ਕਰ ਸਕਦੇ ਹੋ ਦੂਰੋਂ ਦੂਰੋਂ ਖੜ ਕੇ ਕੀ ਫਾਇਦਾ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਖੁੰਡੀ ਸੋਟਾ ਕੀ ਹੁੰਦਾ ਤੇ ਕਿਸ ਕੰਮ ਆਉਂਦਾ ਕੁੰਡੀ ਹੁੰਦੀ ਹੈ ਉਹ ਲੱਕੜ ਦੀ ਹੁੰਦੀ ਹੈ ਜਿਹੜਾ ਸੋਰੀ ਸੋਟਾ ਜਿਹੜਾ ਹੁੰਦਾ ਲੱਕੜ ਦਾ ਹੁੰਦਾ ਜਿਹੜੀ ਕੁੰਡੀ ਜਿਹੜੀ ਹੁੰਦੀ ਹੈ ਉਹ ਪੱਥਰ ਦੀ ਹੁੰਦੀ ਹੈ
मसाला मैम लिए एक बढ़िया अपलॉज नैना मैम का नाम नोट किया जाए फटाफट बढ़िया जी अपलॉज कर दो यार बढ़िया जी अपलॉज नेक्स्ट क्वेश्चन अच्छा ये मैरिड जो होंगे ना उन्होंने मे भी पता हो ब्याह तो बाद कुड़ी की जो डोली का टाइम हो जाता है मीनिंग की है मैम थोड़े चो कोई ना मतलब क्यों कितना जाता है बिल्कुल सही मैम थोड़ा नाम निधि मैम लिए एक वधिया जी अपलॉज हो जाए निधि मैम लिए वधिया जी अपलॉज मैम का नाम नोट किया जाए फटाफट मैम अपना नाम नोट करा लो जाके चलो अच्छा नेक्स्ट क्वेश्चन पे चलते हैं आप नेक्स्ट क्वेश्चन हारा किस चीज को कहा जाता है ये भी पुराने जमाने की चीज है हारा हारा किस चीज को कहा जाता है ते किस काम आता सीगा हारा बिल्कुल सही आंसर मैं थोड़ा रवनीत मैम लिए एक वधिया जी अपलॉज होनी चाहिए रवनीत मैम लिए मैम नाम नोट करा दो अपना फटाफट जाके रवनीत मैम लिए एक वधिया जी अपलॉज अपलॉज कर सकते हो यानी अच्छा अगला नेक्स्ट क्वेश्चन भी चलते हैं थोड़े सिंपल जे क्वेश्चन है थोड़े फनी जे क्वेश्चन है ठीक है ऐसी केड़ी चीज है जेड़ी पैदा नहीं होंदी पर मर जाती है ऐसी केड़ी चीज है जेड़ी पैदा तो नहीं होंदी पर मर जाती है सारे जने पार्टिसिपेट कर सकते हो ऐसी केड़ी चीज जेड़ी पैदा नहीं होंदी मर जाती है सोचो ऐसी केड़ी चीज है जो पैदा तो नहीं होंदी पर मर जाती है जमीर मरता है और कुछ सोच सकते हो हाँ जी मेरे तुम आ जाओ ऐसी केड़ी चीज जी पैदा नहीं होंगी पर मरती जरूर है हाँ पीजी सर नहीं सर वैसे आंसर थोड़ा वधिया सीगा बट ये आंसर सही नहीं है हाँ जी सर नो सर जिहड़ी चीज पैदा नहीं होंदी थोड़ा फनी जिहा आंसर है इहदा आंसर है एग्ज पैदा नहीं होंदे बट मरदे जरूर है चलो मेरे लिए अपलॉज कर दो सारे जाने किसी ने आंसर नहीं दिता अच्छा आपां नेक्स्ट क्वेश्चन ते चलते हैं नेक्स्ट क्वेश्चन है ऐसी केड़ी चीज़ है जिहड़ी खान खान वास्ते मतलब जिहड़ी खान फूड वास्ते खाने वास्ते खरीदी जाती है बट कभी खाई नहीं आ सकती ਕਿੰਨੇ ਆਸਰ ਦਿੱਤਾ ਆ ਜਾਓ ਮੈਮ ਆ ਕੇ ਆ ਜਾਓ ਦੂਰੋਂ ਦੂਰੋਂ ਫੜ ਕੇ ਦੇਖਣ ਦਾ ਕੀ ਸਵਾਲ ਹੈ ਅੱਜ ਕੀ ਨਾਮ ਪਲਵੀ ਮੈਮ ਲਈ ਜ਼ੋਰਦਾਰ ਅਪਲੌਜ਼ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਆਸਰ ਦਿੱਤਾ ਮੈਂ ਆਪਣਾ ਨੇਮ ਨੋਟ ਕਰਾ ਲਓ ਤੁਹਾਡੇ ਲਈ ਗਿਫਟ ਹੈ ਸਰਪ੍ਰਾਈਜ਼ਿੰਗ ਗਿਫਟ ਹੈ ਪਲਵੀ ਮੈਮ ਲਈ ਇੱਕ ਵਧੀਆ ਜਿਹਾ ਅਪਲੌਜ਼ ਸੋ ਤੁਸੀਂ ਸਾਰਿਆਂ ਨੇ ਦੇਖ ਸਕਦੇ ਹੋ ਮਿਸਿਸ ਪੰਜਾਬ 2019 5th ਸੀਜ਼ਨ ਦੇ ਆਡੀਸ਼ਨ ਸਟਾਰਟ ਹੋਣ ਵਾਲੇ ਹੈ 14th ਜੁਲਾਈ ਨੂੰ ਆਡੀਸ਼ਨ ਸਟਾਰਟ ਹੋਣੇ ਹੈ ਰੈਡੀਸਨ ਬਲੂ ਦੇ ਵਿੱਚ ਤੇ ਮੇਰੇ ਅਕੋਰਡਿੰਗ ਮਿਸਿਸ ਪੰਜਾਬ ਇੱਕ ਐਸਾ ਕੰਪੀਟੀਸ਼ਨ ਹੈ ਜਿਹਨੇ ਪਿਛਲੇ 4 ਸੀਜ਼ਨਸ ਤੋਂ ਬਹੁਤ ਸਾਰੀ ਹਾਊਸ ਵਾਈਫਸ ਨੂੰ ਪਲੇਟਫਾਰਮ ਦਿੱਤਾ ਆਪਣੇ ਡ੍ਰੀਮਸ ਨੂੰ ਪੂਰੇ ਕਰਨ ਲਈ ਤੇ ਹਾਊਸ ਵਾਈਫਸ ਲਈ ਬਹੁਤ ਬੈਸਟ ਪਲੇਟਫਾਰਮ ਹੈ ਤੁਹਾਡੇ ਨੋਨ ਦੇ ਵਿੱਚ ਤੁਹਾਡੇ ਆਸ ਪਾਸ ਹਾਊਸ ਵਾਈਫਸ ਨੇ ਉਹਨਾਂ ਨੂੰ ਜ਼ਰੂਰ ਅਵੇਅਰ ਕਰੋ ਕਿ ਆਪਣੇ ਸੁਪਨਿਆਂ ਨੂੰ ਪੂਰੇ ਕਰਨ ਲਈ ਉਹ ਇੱਥੇ ਆ ਸਕਦੇ ਨੇ ਤੇ ਅਗਰ ਆਪਣੇ ਵਿੱਚ ਜਿੰਨੇ ਵੀ ਹਾਊਸ ਵਾਈਫਸ ਖੜੇ ਨੇ ਮੈਂ ਇਹੀ ਕਹਾਂਗਾ ਕਿ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਕਰਵਾ ਕੇ ਜਾਇਓ ਚਲੋ ਇੱਕ ਹੋਰ ਕੁਐਸਚਨ ਆਪਾਂ ਪੁੱਟ ਕਰਦੇ ਹਾਂ ਕੁਐਸਚਨ ਇਹ ਹੈ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਆਪਣੇ ਘਰੋਂ ਨਿਕਲਦੀ ਹੈ ਤੇ ਆਪਣੇ ਘਰ 'ਚ ਸਿਰ ਮਾਰ ਕੇ ਮਰ ਜਾਂਦੀ ਹੈ ਇਹੋ ਜਿਹੀ ਕਿਹੜੀ ਚੀਜ਼ ਜਿਹੜੀ ਆਪਣੇ ਘਰੋਂ ਨਿਕਲਦੀ ਹੈ ਤੇ ਘਰ 'ਚ ਸਿਰ ਮਾਰ ਕੇ ਮਰ ਜਾਂਦੀ ਹੈ ਸੌਰੀ ਮੈਂ ਗਲਤ ਆਨਸਰ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਘਰੋਂ ਨਿਕਲਦੀ ਹੈ ਤੇ ਘਰ 'ਤੇ ਸਿਰ ਮਾਰ ਕੇ ਮਰ ਜਾਂਦੀ ਹੈ ਸੋਚੋ ਕੀ ਹੋ ਸਕਦਾ ਆਪਣੇ ਘਰ 'ਚ ਸਿਰ ਮਾਰ ਕੇ ਮਰ ਜਾਂਦੀ ਹੈ ਘਰੋਂ ਕਿਵੇਂ ਨਿਕਲਦਾ ਝਾੜੂ ਤੇ ਮਰਦਾ ਕਿਵੇਂ ਝਾੜੂ ਚਲੋ ਐਟਲੀਸਟ ਪਾਰਟੀ ਹੀ ਇਜ਼ ਪਾਰਟਿਸਿਪੇਟਿੰਗ ਇਨ ਦਾ ਹਨਾ ਇਵੈਂਟ ਇੱਕ ਵਧੀਆ ਜਿਹਾ ਅਪਲੌਜ਼ ਹੋਇਆ ਸਾਰੇ ਲਈ ਪਾਰਟਿਸਿਪੇਟ ਤਾਂ ਕਰ ਰਹੇ ਹੈ ਕੋਈ ਹੋਰ ਆਨਸਰ ਦੇਣਾ ਚਾਹੇ ਇਹੋ ਜਿਹੀ ਕਿਹੜੀ ਚੀਜ਼ ਜਿਹੜੀ ਘਰੋਂ ਨਿਕਲਦੀ ਹੈ ਤੇ ਘਰ 'ਚ ਹੀ ਸਿਰ ਮਾਰ ਕੇ ਮਰ ਜਾਂਦੀ ਹੈ ਐਨੀ ਗੈਸਿਸ ਹਾਂਜੀ ਮੈਮ ਕੁਝ ਕਹਿਣਾ ਚਾਹੋਗੇ ਮੈਮ ਦੂਰੋਂ ਦੂਰੋਂ ਖੜ ਕੇ ਬਸ ਦੇਖ ਰਹੇ ਆ ਐਨੀ ਗੈਸਿਸ ਇਹੋ ਜਿਹੀ ਕਿਹੜੀ ਚੀਜ਼ ਜਿਹੜੀ ਘਰੋਂ ਨਿਕਲਦੀ ਹੈ ਤੇ ਘਰ ਸਿਰ ਮਾਰ ਕੇ ਮਰ ਜਾਂਦੀ ਹੈ ਕੋਈ ਵੀ
चलो मैं आंसर दस देना, इहदा आंसर है माचिस। माचिस सही कह रहा मैं, सही कह रहा मैं, ते मेरे लिए अपलॉज तां कर दो यार। माचिस है इहदा आंसर। सो तुसीं सारिआं ने अपनी रजिस्ट्रेशन करवा लो फटाफट, रजिस्ट्रेशन दे रजिस्ट्रेशन फुल होने वाली है, ऑलरेडी रजिस्ट्रेशन बहुत सारी हो चुकी है। हाउस वाइफ्स ने एक बहुत वधिया प्लेटफॉर्म मिसिस पंजाब 2019 सीजन 5 जिदे ऑडिशन 14 जुलाई नूं है रेडिसन ब्लू दे विच, ते अपनी रजिस्ट्रेशन फटाफट इत्थे आके करवा सकदे हो। तुसीं ऑनलाइन भी रजिस्टर कर सकदे हो www.missispunjab.in ते जो जो इंटरेस्टेड कैंडीडेट्स ने अपनी अपनी रजिस्ट्रेशन करवा लो। मैम मैरिड हो तुसीं? मैरिड हो मैम? मैम तुहाडे लई बहुत वधिया ऑपरचुनिटी है मेरे अकॉर्डिंग अपने ड्रीम्स नूं पूरा करन लई। जो जो हाउस वाइफ्स ने अपने ड्रीम्स नूं पूरा करन लई बहुत वधिया ऑपरचुनिटी इत्थे आई है। 9 to 9 एंटरटेनमेंट्स वाले मौका लैके आ रहे हैं सारिआं लई। सो अपने अपने रजिस्ट्रेशन तुसीं करवा सकते हो। बड़ी खिटपिट रहिंदी है, तुहाडा की कहना इस सिस्टम लैके? मदर इन लॉ नूं अपनी मॉम मां समझा जाए तो वो मॉम मतलब मॉम और डॉटर का रिलेशन बन जाता है। कुछ मैम कहना चाहो जेडे लोग मतलब गलत सोचते हैं कि मतलब सोचते हैं कई गल लड़के सोचती सास सास ही रहती है, उन्होंने की कहना चाहोगे? अगर आप अपनी थिंकिंग चेंज कराने उन्होंने अपनी मॉम समझा अपनी एक्चुअली और हस्बैंड एंड मॉम अपनी। बिल्कुल वधिया मैम, बहुत वधिया आंसर दिता जी। तुसीं अपनी रजिस्ट्रेशन करवा सकते हो अपने ड्रीम्स नूं पूरे करने लई। मैम बहुत वधिया प्लेटफॉर्म है, 9 to 9 लेके आ रहे हैं मिसिस पंजाब 2019 सीजन 5 अपने ड्रीम्स नूं पूरे करिए। थोड़ा मन करदा? मौका हुण आ गया, मौका बहुत वड्डा मौका बहुत वधिया मौका आ गया। मैम पिछले 4 सीजन बहुत वधिया गए ने, 5th सीजन आया वा, बहुत सारी हाउस वाइफ्स ने अपने ड्रीम्स पूरे किए हैं, अपने नाम तो अपनी फैमिली की पहचान बनाई है। थोड़े को मौका है मैम, बहुत वधिया एक प्लेटफॉर्म है जिद रजिस्ट्रेशन करवा के तुम जित सकते हो। तो मैम मेरे अकॉर्डिंग थोड़ी कैपेबिलिटी भी हैगी, जित जितने वाले हो मतलब विनर्स के आ सकते हो। तो तुम की कहना चाहते बारे कि ड्रीम्स पूरे करने चाहिए हाउस वाइफ्स को अपने के नहीं? मौका मिले तो करने चाहिए, हूँ तुम्हें मौका मिल रहा है तुम करोगे? मैं तुम की कहना चाहोगे इस चीज़ बारे? करना चाहिए मेरे अकॉर्डिंग। इस बार तुम जरूर पहुंचे हो ऑडिशन के, आई होप के तुम बेस्ट होवोगे तो विनर के नाम आवे। थैंक यू सो मच मैम, करने चाहिए कि नहीं करने चाहिए? मेरे अकॉर्डिंग मौका मिले अपने नाम के नाल अपनी फैमिली की पहचान बनाने लिए, इन लॉज की फैमिली की पहचान से अपनी फैमिली की पहचान बनाने लिए करना चाहिए। थानू पता है कि 9 to 9 एंटरटेनमेंट्स वाले मिसिस पंजाब 2019 का प्लेटफॉर्म लैके आए हैं सीजन 5 जिहड़े पिछले 4 सीजन तो बहुत सारी हाउस वाइफ के ड्रीम्स पूरे कर चुके हैं, बहुत सारी हाउस वाइफ्स को मौका दिता जिहड़े उठ के अपने सपने ने जिन्होंने घर के सपे थे है ना उन्होंने अपने सपने उठ के पूरे किए। तो मौका मिल रहा है मैम रजिस्टर जरूर करके जाओ, बहुत बढ़िया प्लेटफॉर्म है। तुम की कहना चाहते हो मैम इस चीज़ बारे? अच्छा प्लेटफॉर्म है। चलो मैम रजिस्ट्रेशन जरूर करवा लो। 5th एपिसोड हो जा रहा है, 5th सीजन हो जा रहा है, थोड़ा की कहना है इस चीज़ बारे? ओके मैम रजिस्ट्रेशन करवा रहे हो मैम तुम भी, बहुत बढ़िया प्लेटफॉर्म है अपने ड्रीम्स को पूरा करने लिए। ओके जी हाँ जी मैम, न्यूली मैरिड बैठना करे करो मेरे ख्याल से मैम हर एक पर्सन को अपॉर्चुनिटी मिलती है, भगवान हर किसी को अपॉर्चुनिटी देता है। तो आज हमें अपॉर्चुनिटी मिल रही है, 5th सीजन होने जा रहा है, पिछले 4 सीजन से बहुत सारी हाउस वाइफ्स ने अपने ड्रीम्स पूरे किए हैं, अपने नाम से अपनी फैमिली के पहचान बनाई है जो मेरे ख्याल से बहुत बड़ी बात है। तो आपके अकॉर्डिंग इस चीज़ में रजिस्ट्रेशन आपकी अभी हो जाएगी, तो अगर आप अपनी डिटेल भरते हो बहुत बढ़िया, बहुत बढ़िया प्लेटफॉर्म होने जा रहा है, बहुत बढ़िया कॉम्पिटिशन है, हर सिटी में ऑडिशन है, अपनी रजिस्ट्रेशन जरूर करवा दीजिए मैम, रजिस्टर करवा दीजिए। आपके लिए अच्छे से गिफ्ट्स भी हैं मैम अगर करवाते हो। पहले मौके पे गया जाता है शादी स्टार्ट होने से पहले, सबसे पहले रिचुअल कौन सा बनाया जाता है? ओए इधर
पता रिचुअल होता है कि नानके घर जाके गुड़ दे के आना, आई थिंक आपको मे भी पता हो कि नहीं, वो रिचुअल होता है। उसके बाद सारे फंक्शन स्टार्ट होते हैं और मैम रजिस्ट्रेशन ओपन है मिसिज पंजाब की। गिफ्ट जरूर लेके जाओ, फ्री गिफ्ट मिल रहे हैं मैम, की माड़ा गिफ्ट लेके जाओ। जुलाई को उसकी रजिस्ट्रेशन है, ऑडिशन है प्रैक्टिकल रूम में, तो अगर आप क्वेश्चंस का आंसर देते हो आपको गिफ्ट भी मिलेगा। कुंडी सोडा किसका मारा, सुना आपने किस काम आता है, किस काम के लिए मतलब होता है? बिल्कुल सही मैम, मैमली गिफ्ट दे दो फटाफट, मैम ने फोटो खिंचाओ मैम ना। बहुत वधिया आंसर दिता मैम तुसी। चलो कोई और क्वेश्चन पूछ लेते हैं। ऐसी कौन सी चीज है जिसे यूज करने के बाद फेंक दिया जाता है पर जब तक यूज नहीं किया जाता तो उसे संभाल के रखा जाता है? कुछ और क्या आंसर है? ऐसी कौन सी चीज है जिसे यूज करने के बाद थ्रो कर दिया जाता है बट यूज करने से पहले संभाल के रखा जाता है? सोचिए, ऐसी कई चीज है जिन्हों बर्तन तो पहला बर्तन तो बाद धो दिया जाता है, ये बर्तन तो पहला संभाल के रखा जाता है? नहीं नहीं नहीं, कुछ और आंसर इधर आ जाओ भाई। ऐसी कोई चीज जिन्हों बर्तन तो बाद सुट पाया जाता है तो बर्तन को पहले सामने रखा जाता है, सर की कहना चाहोगे? ओ आंसर दे कोल हो मैम पर एग्जैक्ट आंसर नहीं है। और कुछ और कुछ और कुछ, ऐसी कोई चीज तो बाद अपना नाम लिखा के आयो सर, गिफ्ट है ऐसी कौन सी चीज है जो दुनिया की सारी लैंग्वेजेस जानती है? कौन सी चीज है? नियर हो आप आंसर के बट एग्जैक्ट आंसर नहीं है। ऐसी कौन सी चीज है? नो सर। ऐसी कौन सी चीज है जो दुनिया की सारी लैंग्वेजेस जानती है? नो। जिसको जिसको आप अपनी अकॉर्डिंग लैंग्वेज को चेंज कर सकते हो उसमें? नो। जिसे आप अपने अकॉर्डिंग जिसकी लैंग्वेज चेंज कर सकते हो ऐसी कौन सी चीज है? नो। मेरे के लिए गिफ्ट लेके जा सकते हो, फ्री में मिल रहा है तो कोई भी नहीं छोड़ता, मैं भी नहीं छोड़ता, आप लेके जाना। अच्छा अगला क्वेश्चन पूछते हैं। फोन 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 जिसकी लैंग्वेज आप चेंज कर सकते हैं। कुंडी सोटा किन्नू किया जाता है किस काम आंदा है? एनीवन? कुंडी सोटा, हाँ जी मैम, कुंडी सोटा किन्नू किया जाता है किस काम आंदा है? बिल्कुल सही आंसर मैम, की नेम है तुहाडा? वंदना मैम, तुसी अपना फोटो करा सकते हो ते अपनी गिफ्ट लेके जा सकते हो, जरूर जरूर लेके जाओ। वंदना मैम लई बड़ी अप्लॉज होनी चाहिए। अच्छा नेक्स्ट क्वेश्चन पूछते हैं। माय गॉड
ਬਿਲਕੁਲ 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 ਕੀ ਨਾਮ ਰਾਜਵੀਰ ਰਾਜਵੀਰ ਸਰ ਜਿੱਤ ਗਏ ਨੇ ਦੂਸਰਾ ਗਿਫਟ ਇਹ ਦੂਜਾ ਆਨਸਰ ਦਿੱਤਾ ਇਹਨਾਂ ਨੇ ਰਾਜਵੀਰ ਸਰ ਲਈ ਇੱਕ ਵਧੀਆ ਨੇ ਗਿਫਟ ਕਿੱਤੇ ਜਾਵੇ ਐਸੀ ਕਿਹੜੀ ਚੀਜ਼ ਹੈ ਜਿਹਨੂੰ ਖਰੀਦਿਆ ਜਾਂਦਾ ਖਾਣੇ ਵੀ ਖਰੀਦਿਆ ਜਾਂਦਾ ਬਟ ਕਦੇ ਖਾਇਆ ਨਹੀਂ ਜਾਂਦਾ ਜੀ ਮੈਮ ਕੋਈ ਕੁਐਸਚਨ ਆਨਸਰ ਦੇਣਾ ਚਾਹੋਗੇ ਵਿਆਹ ਦੀ ਸਭ ਤੋਂ ਪਹਿਲੀ ਰਿਚੁਅਲ ਕਿਹੜੀ ਹੁੰਦੀ ਹੈ ਵਿਆਹ ਸਟਾਰਟ ਹੋਣ ਤੋਂ ਪਹਿਲਾਂ ਰਿਚੁਅਲ ਕਿਹੜਾ ਬਣਾਇਆ ਸਭ ਤੋਂ ਪਹਿਲੀ ਰਿਚੁਅਲ ਸਭ ਤੋਂ ਪਹਿਲਾਂ ਫੰਕਸ਼ਨ ਕੀ ਹੁੰਦਾ ਉਸ ਤੋਂ ਵੀ ਪਹਿਲਾਂ ਮੈਂ ਬਿਲਕੁਲ ਸਹੀ ਮੈਮ ਆਪਣਾ ਗਿਫਟ ਲੈ ਕੇ ਆਇਓ ਤੁਹਾਡੇ ਲਈ ਗਿਫਟ ਹੈ ਮੈਮ ਕੁਐਸਚਨ ਦੇ ਆਨਸਰ ਦੇਣ ਲਈ ਮੈਮ ਤੁਸੀਂ ਵੀ ਜਾ ਸਕਦੇ ਨਾਲ ਦੋਨੋਂ ਜਾਣੇ ਪਲੀਜ਼ ਮੈਮ ਆਪਣਾ ਕਹਾਣੀ ਤੇ ਘੋਟਣੇ ਚ ਕੀ ਡਿਫਰੈਂਸ ਹੈ ਪਿਛਲੇ ਚਾਰ ਸੀਜ਼ਨ ਤੋਂ ਬਹੁਤ ਸਾਰੀ ਹਾਊਸ ਵਾਈਫ ਦੇ ਡ੍ਰੀਮਸ ਪੂਰੇ ਕੀਤੇ ਆ ਤੁਸੀਂ ਵੀ ਆਪਣਾ ਗਿਫਟ ਲੈ ਕੇ ਜਾਇਓ ਜ਼ਰੂਰ ਫੋਟੋ ਕਰਾ ਕੇ ਜਾਇਓ ਤੇ ਨਾਮ ਲਿਖਾ ਸਕਦੇ ਹੋ ਗਿਫਟ ਮੈਮ ਉੱਥੇ ਰੱਖੇ ਹੋਏ ਆਪਣਾ ਨਾਮ ਲਿਖਾ ਕੇ ਜਾਇਓ ਅਤੇ ਗਿਫਟ ਲੈ ਕੇ ਜਾਇਓ ਮਨੀਸ਼ਾ ਮੈਮ ਮੈਮ ਮਿਸਿਸ ਪੰਜਾਬ 2019 ਕੰਪੀਟੀਸ਼ਨ ਹੈ ਜੋ ਜਿਹਦੇ ਰਜਿਸਟ੍ਰੇਸ਼ਨ ਸਟਾਰਟ ਹੋਏ ਆ ਤੁਸੀਂ ਕੁਐਸਚਨ ਦਾ ਆਨਸਰ ਦੇਣਾ ਚਾਹੋਗੇ ਹਾਰਾ ਕਿਸ ਟਾਈਮ ਆਉਂਦਾ ਸੀ ਮੈਮ ਹਾਰਾ ਸੁਣਿਆ ਹੈਗਾ ਹਾਰਾ ਪੁਰਾਣੇ ਜ਼ਮਾਨੇ ਯੂਜ਼ ਹੁੰਦਾ ਸੀ ਓਕੇ ਹਾਰਾ ਹਾਂਜੀ ਹਾਰਾ ਕਿਸ ਕੰਮ ਆਉਂਦਾ ਸੀ ਹਾਂਜੀ ਮੈਮ ਦੁੱਧ ਕਾੜਨ ਬਿਲਕੁਲ ਸਹੀ ਆਨਸਰ ਮੈਮ ਪੁਰਾਣੇ ਟਾਈਮ ਦੁੱਧ ਕਾੜਨ ਲਈ ਕੰਮ ਆਉਂਦਾ ਸੀਗਾ ਹਾਂਜੀ 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 ਤੇ ਮੈਮ ਤੁਸੀਂ ਆਪਣੀ ਨਾਮ ਲਿਖਾ ਕੇ ਜਾਓ ਤੁਹਾਡੇ ਲਈ ਗਿਫਟ ਹੈ ਮੈਮ ਬਹੁਤ ਵਧੀਆ ਆ ਜਾਓ ਸਰ ਫੋਟੋ ਦੀ ਠੀਕ ਹੈ ਓਕੇ